ਸਵਾਗਤ ਹੈ ਤੁਹਾਡਾ ਕੈਨੇਡੀਅਨ ਮੀਡੀਆ ਦਾ ਟੀਵੀ ਐਨਆਰਆਈ ਤੇ। ਪੇਸ਼ਾਨ ਅੱਜ ਦੀਆਂ ਟੌਪ 5 ਖਬਰਾਂ ਜਿਨ੍ਹਾਂ ਤੇ ਰਹੇਗੀ ਤੁਹਾਡੀ ਨਜ਼ਰ। ਟਿਊਨੇਸ਼ੀਆ ਵਿੱਚ ਪਲਟੀ ਪ੍ਰਵਾਸੀਆਂ ਨਾਲ ਭਰੀ ਬੇੜੀ, 65 ਪ੍ਰਵਾਸੀਆਂ ਦੀ ਡੁੱਬਣ ਨਾਲ ਹੋਈ ਮੌਤ। ਟਿਊਨੇਸ਼ੀਆ ਦੇ ਸਫੈਕਸ ਸੂਬੇ ਦੇ ਕਿਨਾਰੇ ਤੋਂ 40 ਮੀਲ ਦੂਰ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ, ਜਿਸ ਵਿੱਚ 65 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ 16 ਲੋਕਾਂ ਨੂੰ ਬਚਾਇਆ ਗਿਆ ਹੈ। ਬਚੇ ਹੋਏ ਲੋਕਾਂ ਦੇ ਅਨੁਸਾਰ ਇਹ ਹਾਦਸਾ ਸਮੁੰਦਰ ਦੇ ਤੂਫਾਨ ਵਿੱਚ ਵਧਦੀਆਂ ਲਹਿਰਾਂ ਦੇ ਕਾਰਨ ਵਾਪਰਿਆ ਹੈ। ਇਹ ਕਿਸ਼ਤੀ ਵੀਰਵਾਰ ਨੂੰ ਲੀਬੀਆ ਤੋਂ ਚੱਲੀ ਸੀ ਅਤੇ ਯੂਰਪ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੀ ਸੀ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਅੰਕੜਿਆਂ ਅਨੁਸਾਰ ਪਿਛਲੇ 4 ਮਹੀਨਿਆਂ ਵਿੱਚ ਸਮੁੰਦਰੀ ਰਸਤੇ ਰਾਹੀਂ 164 ਵਿਅਕਤੀਆਂ ਦੀ ਮੌਤ ਲੀਬੀਆ ਤੋਂ ਯੂਰਪ ਤੱਕ ਜਾਂਦੇ ਹੋਏ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੀ ਦਰਦਨਾਕ ਘਟਨਾ, 16 ਮਹੀਨੇ ਦੇ ਬੱਚੇ ਦੀ ਗੱਡੀ ਵਿੱਚ ਛੱਡਣ ਕਾਰਨ ਹੋਈ ਦੁਖਦ ਮੌਤ। ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਵਿੱਚ ਇੱਕ ਕਾਰ ਵਿੱਚ ਇੱਕ 16 ਮਹੀਨੇ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਬੀ RCMP ਦਾ ਕਹਿਣਾ ਹੈ ਕਿ ਬੱਚੇ ਨੂੰ 9 ਘੰਟਿਆਂ ਲਈ ਵਾਹਨ ਵਿੱਚ ਇਕੱਲੇ ਛੱਡ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਲੜਕੇ ਦੇ ਮਾਤਾ ਪਿਤਾ ਮੌਕੇ 'ਤੇ ਮੌਜੂਦ ਹਨ ਅਤੇ ਦੋਵੇਂ ਮਾਪੇ ਜਾਂਚ ਲਈ ਸਹਿਯੋਗ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਸੁਹਾਨਾ ਹੋਇਆ ਮੌਸਮ, 41 ਡਿਗਰੀ ਤੋਂ ਪਾਰਾ 33 ਡਿਗਰੀ 'ਤੇ ਡਿੱਗਿਆ, ਮੀਂਹ ਦੀ ਪੂਰੀ ਸੰਭਾਵਨਾ। ਪੰਜਾਬ ਦੇ ਨਿਵਾਸੀਆਂ ਨੂੰ ਪਿਛਲੇ 2 ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਹੁਣ ਕੁਝ ਰਾਹਤ ਮਿਲੀ ਹੈ। ਸ਼ੁੱਕਰਵਾਰ ਸ਼ਾਮ ਤੋਂ ਹੀ ਪੂਰੇ ਪੰਜਾਬ ਵਿੱਚ ਤੇਜ਼ ਹਵਾਵਾਂ ਅਤੇ ਹਨੇਰੀ ਨੇ ਪੂਰੇ ਮੌਸਮ ਨੂੰ ਬਦਲ ਦਿੱਤਾ। ਪਿਛਲੇ 2 ਦਿਨਾਂ ਦੌਰਾਨ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਸੀ, ਪਰ ਸ਼ੁੱਕਰਵਾਰ ਤੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਗਿਆਨ ਵਿਭਾਗ ਅਨੁਸਾਰ 12 ਮਈ ਤੋਂ 18 ਮਈ ਤੱਕ ਮੌਸਮ ਠੰਡਾ ਰਹਿ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਮਈ ਦੇ ਮਹੀਨੇ ਵਿੱਚ ਮੌਸਮ ਵਧੀਆ ਹੋਇਆ ਹੈ। ਇਸ ਤੋਂ ਇਲਾਵਾ ਕੌਮੀ ਮੌਸਮ ਏਜੰਸੀ ਨੇ ਉੱਤਰ ਭਾਰਤ ਵਿੱਚ ਤੇਜ਼ ਤੂਫਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਅਸਾਮ ਵਿੱਚ ਸੜਕ 'ਤੇ ਨਮਾਜ਼ ਪੜ੍ਹਨ ਨੂੰ ਲੈ ਭੜਕੀ ਹਿੰਸਾ, ਇੱਕ ਮੌਤ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਲੱਗਾ ਕਰਫਿਊ। ਅਸਾਮ ਦੇ ਹਿਲਾਕਾਂਡੀ ਜ਼ਿਲ੍ਹੇ ਵਿੱਚ ਇੱਕ ਸੰਪਰਦਾਇਕ ਝੜਪ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ 14 ਹੋਰਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਰਫਿਊ ਲਗਾ ਦਿੱਤਾ ਗਿਆ ਹੈ। ਇਲਾਕੇ ਵਿੱਚ ਹਿੰਸਾ ਇੰਨੀ ਵੱਧ ਗਈ ਕਿ ਸ਼ਾਂਤੀ ਬਣਾਈ ਰੱਖਣ ਲਈ ਫੌਜ ਨੂੰ ਸੱਦਣਾ ਪਿਆ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉੱਥੇ ਡਿਪਟੀ ਕਮਿਸ਼ਨਰ ਕੀਰਤੀ ਜਾਲੀ ਨੇ ਕਿਹਾ ਕਿ ਸ਼ਾਮ 6 ਵਜੇ ਤੋਂ 12 ਮਈ ਦੇ ਸ਼ਾਮ 7 ਵਜੇ ਤੱਕ ਜ਼ਿਲ੍ਹੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਇਹ ਸਾਰਾ ਮਾਮਲਾ ਸੜਕ 'ਤੇ ਨਮਾਜ਼ ਪੜ੍ਹਨ ਨੂੰ ਲੈ ਕੇ ਸ਼ੁਰੂ ਹੋਇਆ, ਜਿਸ ਤੋਂ ਬਾਅਦ ਗੰਭੀਰ ਹਿੰਸਾ ਭੜਕ ਉੱਠੀ। ਦੋਵਾਂ ਧਿਰਾਂ ਦੀ ਇਸ ਲੜਾਈ ਵਿੱਚ ਸਰਕਾਰੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉੱਤਰ ਕੋਰੀਆ ਨੇ ਫਿਰ ਕੀਤਾ ਮਿਜ਼ਾਈਲ ਪ੍ਰਮਾਣੂ ਪ੍ਰੀਖਣ, ਅਮਰੀਕਾ ਨੇ ਪ੍ਰਮਾਣੂ ਪ੍ਰੋਗਰਾਮ 'ਤੇ ਜਿਤਾਈ ਚਿੰਤਾ। ਵੀਰਵਾਰ ਨੂੰ ਉੱਤਰ ਕੋਰੀਆ ਨੇ ਮਿਜ਼ਾਈਲਾਂ ਛੱਡ ਪ੍ਰਮਾਣੂ ਪ੍ਰੀਖਣ ਕੀਤਾ ਅਤੇ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਲੰਬੇ ਸਫ਼ਰ ਦੀਆਂ ਮਿਜ਼ਾਈਲਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਪ੍ਰੀਖਣ ਦੇ ਦੌਰਾਨ ਤਾਨਸ਼ਾਹ ਕਿਮ ਜੋਂਗ ਉਨ ਖੁਦ ਵੀ ਹਾਜ਼ਰ ਰਹੇ। ਕੋਰੀਆਈ ਨਿਊਜ਼ ਏਜੰਸੀ ਨੇ ਦੱਸਿਆ ਕਿ ਲੰਬੇ ਸਫ਼ਰ ਦੀਆਂ ਮਿਜ਼ਾਈਲਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਉੱਤਰ ਕੋਰੀਆ ਨੇ ਛੋਟੀ ਮਿਜ਼ਾਈਲਾਂ ਨੂੰ ਟੈਸਟ ਕੀਤਾ ਹੈ। ਇਸ ਦੌਰਾਨ ਅਮਰੀਕਾ ਨੇ ਵੀ ਉੱਤਰ ਕੋਰੀਆ ਦੇ ਮਿਜ਼ਾਈਲ ਡ੍ਰਿਲ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰੀਖਣ ਬਾਰੇ ਚਿੰਤਾ ਪ੍ਰਗਟਾਈ ਹੈ। ਕੱਲ੍ਹ ਦੱਖਣ ਕੋਰੀਆ ਨੇ ਵੀ ਇਸ ਪ੍ਰੀਖਣ ਤੋਂ ਬਾਅਦ ਆਪਣੀ ਸੈਨਾ ਨੂੰ ਅਲਰਟ ਉੱਤੇ ਕੀਤਾ ਹੈ। ਇਹ ਸਨ ਅੱਜ ਦੀਆਂ ਟੌਪ 5 ਖਬਰਾਂ। ਹੋਰਨਾਂ ਤੇਜ਼ ਤਰਾਰ ਖਬਰਾਂ ਅਤੇ ਬ੍ਰੇਕਿੰਗ ਨਿਊਜ਼ ਲਈ ਬਣੇ ਰਹੋ ਕੈਨੇਡੀਅਨ ਮੀਡੀਆ ਦਾ ਟੀਵੀ ਐਨਆਰਆਈ ਦੇ ਨਾਲ।